ਸਾਈਂ ਵੀ ਸਾਡੀ ਫਰਿਆਦ ਤੇਰੇ ਤਾਈ ਗੀਤ ਤੋਂ ਸਾਰਿਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਸੂਫੀ ਕਿੰਗ ਸਤਿੰਦਰ ਸਰਤਾਜ ਜੋ ਤੁਹਾਡੇ ਸਾਰਿਆਂ ਵਾਸਤੇ 21 ਜੁਲਾਈ ਨੂੰ ਕੁਈਨ ਐਲਿਜ਼ਾਬੈਥ ਥੀਏਟਰ 'ਚ ਲਾਈਵ ਪਰਫਾਰਮ ਕਰਨ ਜਾ ਰਹੇ ਨੇ। ਹਾਲ ਹੀ 'ਚ ਡਾਕਟਰ ਸਤਿੰਦਰ ਸਰਤਾਜ ਨੂੰ ਮਿਲਣ ਵਾਸਤੇ ਮੀਟ ਐਂਡ ਗ੍ਰੀਟ ਦਾ ਵੀ UBC ਬੋਟਹਾਊਸ ਵਿਖੇ ਆਯੋਜਨ ਕੀਤਾ ਗਿਆ। 21 ਜੁਲਾਈ ਨੂੰ ਹੋਣ ਜਾ ਰਹੇ ਕਾਨਸਰਟ ਦੇ ਆਰਗਨਾਈਜ਼ਰ ਗੁਰਜੀਤ ਬਲ ਵੱਲੋਂ ਸਤਿੰਦਰ ਸਰਤਾਜ ਦੇ ਫੈਨਸ ਨੂੰ ਧਿਆਨ 'ਚ ਰੱਖਦੇ ਹੋਏ ਇਹ ਮੀਟ ਐਂਡ ਗ੍ਰੀਟ ਇਵੈਂਟ ਆਯੋਜਿਤ ਕੀਤਾ ਗਿਆ। ਜ਼ੀ ਟੀਵੀ ਕੈਨੇਡਾ ਨੇ ਵੀ ਇਸ ਮੌਕੇ ਤੇ ਪਹੁੰਚ ਕੇ ਉੱਥੋਂ ਦੇ ਪਾਕ ਨਜ਼ਾਰੇ ਨੂੰ ਆਪਣੇ ਕੈਮਰੇ 'ਚ ਕੈਦ ਕਰ ਲਿਆ। 21 ਜੁਲਾਈ ਨੂੰ ਵੈਂਕੂਵਰ ਦੇ ਕੁਈਨ ਐਲਿਜ਼ਾਬੈਥ ਥੀਏਟਰ 'ਚ ਪੰਜਾਬੀ ਸੂਫੀ ਗਾਇਕੀ ਦੇ ਬੇਤਾਜ ਬਾਦਸ਼ਾਹ ਡਾਕਟਰ ਸਤਿੰਦਰ ਸਰਤਾਜ ਦਾ ਲਾਈਵ ਕਾਨਸਰਟ ਹੋਣ ਜਾ ਰਿਹਾ ਹੈ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ UBC ਬੋਟ ਹਾਊਸ ਜਿੱਥੇ ਕਿ ਸਤਿੰਦਰ ਸਰਤਾਜ ਨੂੰ ਮਿਲਣ ਵਾਸਤੇ ਮੀਟ ਐਂਡ ਗ੍ਰੀਟ ਪਾਰਟੀ ਦਾ ਆਯੋਜਨ ਕੀਤਾ ਗਿਆ ਹੈ ਤੇ ਇਸ ਪਾਰਟੀ ਦੇ ਵਿੱਚ ਹੋਰ ਕੀ ਕੁਝ ਖਾਸ ਤੇ ਨਵਾਂ ਹੋਣ ਵਾਲਾ ਹੈ ਆਓ ਅਸੀਂ ਚੱਲ ਕੇ ਵੇਖਦੇ ਹਾਂ। ਤੁਸੀਂ ਕਿੰਨੇ ਐਕਸਾਈਟਿਡ ਹੋ ਮੈਟਰੋ ਵੈਂਕੂਵਰ ਨਿਵਾਸੀਆਂ ਵਾਸਤੇ ਸ਼ੋਅ ਪ੍ਰੈਜ਼ੈਂਟ ਕਰਨ ਲਈ? ਮੈਂ ਹਮੇਸ਼ਾ ਚਾਹ ਹੁੰਦਾ ਜੀ, ਚਾਹ ਮੈਨੂੰ ਜ਼ਿਆਦਾ ਲਫ਼ਜ਼ ਵਧੀਆ ਲੱਗਦਾ ਐਕਸਾਈਟਮੈਂਟ ਨਾਲੋਂ, ਕਿਉਂਕਿ ਉਹਦੇ 'ਚ ਥੋੜ੍ਹੀ ਜਿਹੀਆਂ ਇੱਕ ਸਪਾਰਕ ਹੈਗਾ, ਇੱਕ ਬਲੋਜ਼ਮਿੰਗ ਐਕਸਪੀਰੀਅੰਸ ਜਿਹਾ ਹੈਗਾ। ਸੋ ਇੱਥੇ ਆ ਕੇ ਜਦੋਂ, ਕਿਉਂਕਿ ਜਿਹੜਾ ਹਾਲ ਹੈ ਕੁਈਨ ਐਲਿਜ਼ਾਬੈਥ, ਉਹ 'ਚ ਤੁਸੀਂ ਕਹੋ ਕਿ ਲਿਮਿਟਡ ਗੈਦਰਿੰਗ ਦਾ ਹਾਲ ਹੈ, ਆਡੀਟੋਰੀਅਮ ਹੈ। ਸੋ ਉਹਦੀ ਐਂਬੀਅੰਸ ਬਹੁਤ ਬੜੀ ਕੀ ਕਹਿੰਦੇ ਆ ਤੁਸੀਂ, ਇੰਟੀਮੇਟ ਜਿਹੀ ਹੈ। ਅਤੇ ਸੋ ਉੱਥੇ ਜਦੋਂ ਪਰਫੋਰਮ ਕਰਦੇ ਆ, ਹਰ ਇੱਕ ਬੰਦੇ ਨੂੰ ਇਹ ਲੱਗਦਾ ਕਿ ਅੱਛਾ ਮੇਰੇ ਲਈ ਗਾ ਰਿਹਾ। ਸੋ ਸੁਪਨਾ ਨਹੀਂ ਹੁੰਦਾ, ਇੱਕ ਸੁਪਨਾ ਪੂਰਾ ਹੋਇਆ ਸਾਡਾ, ਪਤਾ ਨਹੀਂ ਕਦੋਂ ਤੋਂ ਸੋਚ ਰਹੇ ਸੀਗੇ ਦਿਮਾਗ ਦੇ ਵਿੱਚ, ਘੱਟ ਤਾਂ ਘੱਟ ਰਹੇ ਸੀ। ਅਤੇ ਮੈਂ ਅਤੇ ਗੁਰਜੀਤ ਇਜ਼ ਡੂਇੰਗ ਇਟ, ਆਈ ਐਮ ਦ ਸਪੋਰਟਰ, ਆਈ ਐਮ ਦ ਸਪੋਂਸਰ, ਵਨ ਆਫ ਦ ਸਪੋਂਸਰਸ ਆਲਸੋ। ਸੋ ਇਹ ਸੁਪਨਾ ਸਾਡਾ ਸੀ ਵੀ ਅਸੀਂ ਕਦੇ ਇਹਨਾਂ ਨੂੰ, ਜਿਹੜੇ ਕਿ ਅੱਜ ਦੇ ਸਰਤਾਜ ਹੀ ਨੇ ਗਾਇਕੀ ਦੇ, ਸੋ ਇਹਨਾਂ ਨੂੰ ਅਸੀਂ ਲੈ ਕੇ ਆਈਏ, ਲੋਕਾਂ ਸਾਹਮਣੇ ਰੂਬਰੂ ਪੇਸ਼ ਕਰੀਏ। ਸੋ ਦੈਟਸ ਵਟ ਇਜ਼ ਹੈਪਨਿੰਗ ਔਨ July 21st। ਜਿਹੜਾ ਦਾ ਸ਼ੋਅ ਹੋ ਰਿਹਾ ਸਾਡੇ ਡਾਕਟਰ ਸਤਿੰਦਰ ਸਰਤਾਜ ਹੋਣੀ, ਬੜੀ ਵਧੀਆ ਕਮਾਲ ਹੈਗੀ ਆ, ਬੜਾ ਵਧੀਆ ਜਿਹੜਾ ਉਹ ਗਾਉਂਦੇ ਹੈਗੇ, ਔਰ ਇਕੱਲਾ ਗਾਉਂਦੇ ਹੀ ਨਹੀਂ ਗੇ ਕਿ ਜਿਹੜੀ ਉਹਨਾਂ ਦੀ ਅੰਦਾਜ਼ ਆ ਜਾਂ ਜਿਹੜੀ ਉਹਨਾਂ ਦੀ ਵਰਡਿੰਗ ਹੈਗੀ ਆ, ਉਹ ਇੱਕ ਬਹੁਤ ਵਧੀਆ ਵਰਡਿੰਗ ਹੈਗੀ ਆ, ਜਿਹਦੇ ਵਿੱਚ ਪਰਿਵਾਰ ਜਿਹੜੇ ਇਕੱਠੇ ਬੈਠ ਕੇ ਉਹਦਾ ਆਨੰਦ ਮਾਣ ਸਕਦੇ ਨੇ। What do I call about Gurjeet Bal? Actually, first of all, he's so amazing that he's been bringing so many Sufi singers again and again, and now this guy Satinder Sartaaj, everybody loves him, I love him too, and I encourage everybody who loves Sufi singing, they should come enjoy the show and cherish the moment. Meri heeriye fakiriye ni soniye ਤੇਰੀ ਖੁਸ਼ਬੂ ਨਸ਼ੀਲੀ ਮਨ ਮੋਣੀਏ। ਨੋ ਆਈ ਥਿੰਕ ਇਟ ਵਿਲ ਬੀ ਅ ਵੰਡਰਫੁਲ ਸ਼ੋਅ ਐਂਡ ਐਵਰੀਬਡੀ ਸ਼ੁਡ ਕਮ ਆਊਟ ਐਂਡ ਇੰਜੋਏ ਦ ਸੂਫੀ ਸਿੰਗਿੰਗ ਆਫ ਸਰਤਾਜ ਜੀ, ਐਂਡ ਵੀ ਵਿਲ ਆਲ ਬੀ ਦੇਅਰ। ਥੈਂਕ ਯੂ। ਮੈਂ ਕੀ ਕਹਿ ਸਕਦਾ ਜੀ, ਡਾਕਟਰ ਸਤਿੰਦਰ ਸਰਤਾਜ, ਹੀ ਇਜ਼ ਦ ਸੂਫੀ ਕਿੰਗ ਐਸ ਦੇ ਸੇ, ਐਂਡ ਹੀ ਓਬਵੀਅਸਲੀ ਇਜ਼ ਦ ਸੂਫੀ ਕਿੰਗ। ਮੇਰੇ ਫੇਵਰੇਟ ਸਿੰਗਰ ਨੇ, ਮੇਰੇ ਫੈਮਿਲੀ ਦੇ ਸਾਰਿਆਂ ਦੇ ਫੇਵਰੇਟ ਸਿੰਗਰ ਨੇ, ਈਵਨ ਦੋ ਮੇਰੀ ਵਾਈਫ ਬਹੁਤ ਪੰਜਾਬੀ ਨਹੀਂ ਬੋਲਦੀ, ਉਹਨਾਂ ਦੇ ਵੀ ਬਹੁਤ ਵਧੀਆ ਫੇਵਰੇਟ ਸਿੰਗਰ ਨੇ। ਸੋ ਆਈ ਥਿੰਕ ਨੋਟ ਓਨਲੀ ਦ ਪੰਜਾਬੀ ਕਮਿਊਨਿਟੀ ਬਟ ਅ ਲੋਟ ਆਫ ਨੋਨ ਪੰਜਾਬੀ ਸਪੀਕਿੰਗ ਕਮਿਊਨਿਟੀ ਵੀ ਇਹਦੇ ਨਾਲ ਜੁੜੀ ਹੋਈ ਹੈ, ਅਤੇ ਵੀ ਆਰ ਵੈਰੀ ਹੈਪੀ ਦੈਟ ਹੀ ਇਜ਼ ਕਮਿੰਗ, ਐਂਡ ਇਟ ਇਜ਼ ਅ ਪਲੇਜ਼ਰ ਟੂ ਸੀ ਹਿਮ ਲਾਈਵ। ਦੇਖੋ, ਸਾਨੂੰ ਬਹੁਤ ਖੁਸ਼ੀ ਹੈਗੀ ਆ ਵੀ ਸਾਡੇ ਕੈਨੇਡਾ ਵਿੱਚ ਰਹਿਣ 'ਤੇ ਵੀ ਆਪਣੇ ਇੰਡੀਆ ਦੇ, ਪੰਜਾਬ ਦੇ ਕਾਫੀ ਕਲਾਕਾਰ ਇੱਥੇ ਆਉਂਦੇ ਆ। ਪਿਛਲੀ ਵਾਰੀ ਜਦੋਂ ਸਰਤਾਜ ਆਇਆ ਸੀ, ਮੈਂ ਉਹਨਾਂ ਦੀ ਸ਼ੋਅ ਦੇਖੀ ਸੀਗੀ ਆ ਕੁਈਨ ਐਲਿਜ਼ਾਬੈਥ ਥੀਏਟਰ ਦੇ ਵਿੱਚ। ਬਹੁਤ ਹੀ ਵਧੀਆ ਗਾਇਕ ਵੀ ਹੈਗੇ, ਪੋਇਟ ਹੈਗੇ ਆ, ਅਤੇ ਸੂਫੀ ਜਿੱਦਾਂ ਵੀ ਉਹਨਾਂ ਦੀ ਆਵਾਜ਼ ਹੈਗੀ ਆ, ਉਹ ਹੈਗੀ ਵੀ ਬਹੁਤ ਸੁਰੀਲੀ ਆ ਅਤੇ ਮਿੱਠੀ ਆ, ਅਤੇ ਪਰ ਜਿਹੜੀ ਉਹ ਮੈਸੇਜ ਦਿੰਦੇ ਆ ਸਾਡੇ ਬੱਚਿਆਂ ਨੂੰ, ਸਾਡੇ ਬਜ਼ੁਰਗਾਂ ਨੂੰ, ਮੈਂ ਉਹ ਬਹੁਤ ਪਸੰਦ ਕਰਦੀ ਹਾਂ। ਬਹੁਤ ਵੱਡੀ ਗਿਣਤੀ ਪੰਜਾਬੀ ਭਾਈਚਾਰੇ ਦੀ ਰਹਿੰਦੀ ਹੈ, ਔਰ ਜਿਹੜਾ ਮੈਂ ਸਮਝਦਾ ਕਿ ਸਰੀ ਇਕੱਲੀ ਦੇ ਵਿੱਚ ਪੰਜਾਬ ਦੇ ਕੋਈ 33 ਪਿੰਡ ਰਹਿੰਦੇ ਆ, ਸੋ ਬਹੁਤ ਵੱਡਾ ਪੰਜਾਬੀ ਭਾਈਚਾਰਾ। ਇਸ ਕਰਕੇ ਪੰਜਾਬੀ ਗਾਇਕੀ ਨੂੰ ਲਾਈਕ ਕਰਨ ਵਾਲੇ ਤਾਂ ਬਹੁਤ ਸਾਰੇ ਲੋਕ ਨੇ, ਔਰ ਖਾਸ ਕਰਕੇ ਜਿਹੜੇ ਸੁਰਿੰਦਰ ਸਰਤਾਜ ਜੀ ਹੈ, ਇਹਨਾਂ ਦੀ ਗਾਇਕੀ ਬਹੁਤ ਖੂਬਸੂਰਤ ਹੈ ਔਰ ਬਹੁਤ ਸੱਭਿਅਕ ਹੈ। ਇਸ ਕਰਕੇ ਜਿਹੜਾ ਇਸ ਤਰ੍ਹਾਂ ਦੇ ਸ਼ੋਅ ਹੈ ਉਹ ਵੱਧ ਤੋਂ ਵੱਧ ਹੋਣੇ ਚਾਹੀਦੇ, ਉਹਦੇ ਨਾਲ ਇੱਕ ਪਾਸੇ ਜਿਹੜੀ ਮਨੋਰੰਜਨ ਦੀ ਗੱਲ ਹੈ, ਦੂਜੇ ਪਾਸੇ ਜਿਹੜੀ ਸਾਡੀ ਪੰਜਾਬੀ ਨੂੰ ਮਜ਼ਬੂਤ ਕਰਨ ਦੀ ਗੱਲ ਵੀ ਹੈਗੀ ਆ, ਔਰ ਖਾਸ ਕਰਕੇ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ, ਆਉਣ ਵਾਲੀ ਪੀੜ੍ਹੀ, ਉਹਦੇ ਵਿੱਚ ਪੰਜਾਬੀ ਨੂੰ ਅਸੀਂ ਜਿਹੜਾ ਮਜ਼ਬੂਤ ਕਰ ਸਕਦੇ ਹਾਂ। ਇਸ ਕਰਕੇ ਇਸ ਸ਼ੋਅ ਦੀ ਬਹੁਤ ਮਹੱਤਤਾ ਹੈਗੀ ਹੈ ਇੱਥੇ ਕਰਵਾਉਣ ਦੇ ਲਈ। ਗੁਰਜੀਤ ਦੇ ਸ਼ੋਅ ਜਿਹੜੇ ਸਾਰੇ ਹੀ ਬਹੁਤ ਵਧੀਆ ਹੁੰਦੇ ਆ, ਸਪੈਸ਼ਲੀ ਸਤਿੰਦਰ ਸਰਤਾਜ ਜਿਹੜਾ, ਉਹਨਾਂ ਨੂੰ ਮੈਂ ਪਰਸਨਲੀ ਲਾਈਕ ਕਰਦਾ, ਸੇਮ ਹੀ ਯੂਨੀਵਰਸਿਟੀ ਸੇਮ ਹੀ ਡਿਪਾਰਟਮੈਂਟ 'ਚ ਅਸੀਂ ਪੜ੍ਹੇ ਹਾਂ, ਅਤੇ ਉਹਨਾਂ ਦੇ ਗਾਣੇ ਬਹੁਤ ਵਧੀਆ ਹੈਗੇ ਆ, ਅੰਮੀ ਅਤੇ ਸਾਈਂ, ਦੋ ਗਾਣੇ ਮੈਂ ਬਹੁਤ ਲਾਈਕ ਕਰਦਾ, ਅਤੇ ਗੁਰਜੀਤ ਦਾ ਸਟਾਈਲ ਬਹੁਤ ਡਿਫਰੈਂਟ ਆ, ਸ਼ੋਅ ਬਹੁਤ ਵਧੀਆ ਔਰਗੇਨਾਈਜ਼ ਕਰਦਾ,
ਤੇ ਮੈਂ ਉਹਨੂੰ ਬਹੁਤ ਬਹੁਤ ਵਧਾਈ ਦੇਣੀ ਚਾਹੁੰਦਾ ਤੇ ਵਿਲ ਇੰਜੋਏ ਦ ਸ਼ੋ। ਬੜਾ ਅੱਛਾ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਕਲਾਕਾਰ ਤੁਹਾਡੇ ਨਾਲ ਕੰਮ ਕਰਦੇ ਨੇ ਔਰ ਤੁਸੀਂ ਉਹਨਾਂ ਲਈ ਕੰਮ ਕਰਦੇ ਹੋ। ਲੋਕਾਂ ਲਈ ਇੱਕ ਬਹੁਤ ਹੀ ਅੱਛਾ ਮੈਸੇਜ, ਬਹੁਤ ਹੀ ਅੱਛੀ ਗਾਇਕੀ ਲੈ ਕੇ, ਬਹੁਤ ਹੀ ਅੱਛੀ ਪੋਇਟਰੀ ਲੈ ਕੇ ਉਹ ਆਉਂਦੇ ਨੇ। ਇਹ ਟੂਰ ਅਸੀਂ ਸ਼ੁਰੂ ਕੀਤਾ ਸੀ ਮੋਂਟਰੀਅਲ ਤੋਂ, ਓਟਵਾ, ਵਿਨੀਪੈਗ, ਕਲੋਨਾ, ਉਸ ਤੋਂ ਬਾਅਦ ਹੁਣ ਐਡਮਿੰਟਨ ਹੈ ਸਾਡਾ ਸ਼ੋਅ ਫਰਾਈਡੇ ਨੂੰ। ਸੈਟਰਡੇ ਵੀ ਆਰ ਡੂਇੰਗ 21st of July ਇਨ ਵੈਨਕੂਵਰ, ਉਸ ਤੋਂ ਬਾਅਦ ਕੈਲਗਰੀ, ਐਂਡ ਦੈਨ ਲਾਸਟ ਇਨ ਟੋਰੋਂਟੋ ਔਨ 28th of July। ਅਸੀਂ ਬਹੁਤ ਧੰਨਵਾਦੀ ਹਾਂ ZTV ਦਾ ਕਿ ਉਹ ਸਾਡੇ ਸਾਰੇ ਇਵੈਂਟਸ ਕਵਰ ਕਰਦੇ ਆ। ਅੱਜ ਵੀ ਜੋ ਕਿ ਮੀਟ ਐਂਡ ਗ੍ਰੀਟ ਅਸੀਂ ਸਪੋਂਸਰਸ ਲਈ ਕੀਤਾ ਸੀ, ਉਹਨੂੰ ਕਵਰ ਕਰ ਰਹੇ ਹਾਂ ਔਰ ਸਾਰੇ ਸਪੋਂਸਰਸ ਦੇ ਧੰਨਵਾਦੀ ਹਾਂ ਕਿ ਉਹ ਇੱਥੇ ਆਏ ਔਰ ਮਾਣ ਵਧਾਇਆ। ਔਰ ਸਰਤਾਜ ਜੀ ਦਾ ਉਦੋਂ ਬਾਅਦ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਲਈ ਸਮਾਂ ਕੱਢਿਆ। ਅਤੇ ਬਾਕੀ ਮੈਂ ਸਾਰੇ ਹੀ ਲੋਅਰ ਮੇਨਲੈਂਡ ਦੇ ਵਾਸੀਆਂ ਨੂੰ ਅਪੀਲ ਕਰਦਾ ਕਿ ਆਪਣਾ ਜੋ ਸ਼ੋਅ 21 July ਨੂੰ ਕੁਈਨ ਅਲਿਜ਼ਬੈਥ ਥੀਏਟਰ ਦੇ ਵਿੱਚ ਹੋਣ ਜਾ ਰਿਹਾ, ਉਹਦੇ 'ਚ ਸਾਰੇ ਵੱਧ ਚੜ੍ਹ ਕੇ ਹਿੱਸਾ ਪਾਓ, ਆਪਣੀਆਂ ਫੈਮਲੀਜ਼ ਨੂੰ ਲੈ ਕੇ ਆਓ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਨਾਲ ਲੈ ਕੇ ਆਓ। ਟਿਕਟਸ ਅਵੇਲੇਬਲ ਨੇ silkticket.com 'ਤੇ ਔਰ ਸਟੋਰਸ ਹੈਗੇ ਗੋਲਡਨ ਸਟਾਰ ਵੀਡੀਓ, ਬੀਫੋਰ ਯੂ ਕੰਪਿਊਟਰਸ, ਦੈਨ ਪ੍ਰਿੰਸ ਵੀਡੀਓ ਔਰ ਉੱਪਲ ਬਿਲਡਿੰਗ ਸਪਲਾਈ 'ਤੇ ਵੀ ਉਪਲਬਧ ਨੇ। ਅਤੇ ਅਸੀਂ ਸਾਰੇ ਮੈਟਰੋ ਵੈਨਕੂਵਰ ਨਿਵਾਸੀਆਂ ਤੋਂ ਵੀ ਇਹ ਅਪੀਲ ਕਰਦੇ ਹਾਂ ਕਿ 21 July ਨੂੰ ਜਿਹੜਾ ਇਹ ਲਾਈਵ ਕੌਂਸਰਟ ਹੋਣ ਜਾ ਰਿਹਾ, ਤੁਸੀਂ ਉੱਥੇ ਹੁੰਮ ਹੁਮਾ ਕੇ ਪਹੁੰਚੋ, ਕਿਉਂਕਿ ਇਸ ਕੌਂਸਰਟ 'ਚ ਤੁਸੀਂ ਸਿਰਫ ਗੀਤ ਹੀ ਨਹੀਂ ਸੁਣੋਗੇ ਬਲਕਿ ਤੁਹਾਨੂੰ ਸਿੱਖਣ ਨੂੰ ਵੀ ਬਹੁਤ ਕੁਛ ਮਿਲਣ ਵਾਲਾ ਹੈ। ਕੈਮਰਾਮੈਨ ਸ਼ਾਮ ਸ਼ਰਮਾ ਦੇ ਨਾਲ ਮੈਂ ਪ੍ਰੀਤੀ ਧਵਨ, ਵੈਨਕੂਵਰ, BC।